ਬੱਕਰੀ ਕਾ ਹੈ? ਬੱਕਰੀ ਦੀ ਉਨ ਤੋਂ ਆ, ਵਰਤਿਆ ਲੱਗਦਾ ਪਰ ਨਿਆ ਨਹੀਂ ਹੈ। ਨਿਆ ਨਿਆ ਹਾਂ ਸਪੀਤੀ ਦੇ ਇਸ ਪਿੰਡ 'ਚ ਜੌਂ ਦੀ ਖੇਤੀ ਵੀ ਵੇਖਣ ਨੂੰ ਮਿਲ ਜਾਂਦੀ। ਵੇਖੋ ਸਿੱਟੇ ਖੜੇ ਤਾਂ ਮਸ਼ੀਨ ਵੀ ਵਿੱਚੇ ਪਈ, ਹੜੰਬਾ ਛੋਟਾ ਜਿਹਾ ਤੇ ਉੱਤੇ ਪਤਾ ਨਹੀਂ ਯਾਕ ਦੀ ਖਾਲੀ ਲੱਗਦੀ ਮੈਨੂੰ ਵੇਖਣ ਨੂੰ। ਜੂਲੇ ਜੀ ਸਤਿ ਸ਼੍ਰੀ ਅਕਾਲ, ਪਤਾ ਹੈ ਆਪਕੋ ਸਤਿ ਸ਼੍ਰੀ ਅਕਾਲ ਬੁਲਾਤੇ ਹੈ? ਖੇਤ ਸੇ ਆ ਰਹੇ ਹੋ? ਠੀਕ ਹੈ, ਪਹਾੜ ਦੀਆਂ ਚੋਟੀਆਂ ਤੋਂ ਇਹ ਪਿੰਡ ਬਾਹਲੀ ਸੋਹਣੇ ਲੱਗਦੇ ਆ। ਜੇਕਰ ਤੁਸੀਂ ਇਸ ਪਿੰਡ ਦੇ ਵਿੱਚ ਆਉਣਾ ਤਾਂ ਤੁਹਾਨੂੰ ਦੋ ਪਹਾੜ ਲੰਘ ਕੇ ਆਉਣਾ ਪੈਣਾ, ਉਹ ਵੀ ਉੱਚੇ ਉੱਚੇ। 21 ਡਿਗਰੀ ਸੈਲਸੀਅਸ ਟੈਂਪਰੇਚਰ ਆ ਇਸ ਵੇਲੇ ਇੱਥੋਂ ਦਾ। ਅੱਛਾ ਜੀ। ਤੇ ਜਦੋਂ ਆਪਾਂ ਤੁਰੇ ਸੀਗੇ ਕਾਜ਼ਾ ਤੋਂ ਉੱਥੇ 31 ਡਿਗਰੀ ਸੀਗਾ। 10 ਸਿੱਧਾ ਹੀ ਘਟ ਗਿਆ, 10 ਡਿਗਰੀ ਦਾ ਫਰਕ ਪੈ ਗਿਆ। ਸਤਿ ਸ਼੍ਰੀ ਅਕਾਲ ਜੀ, ਸਪੀਤੀ ਵੈਲੀ ਦੇ ਸਭ ਤੋਂ ਵੱਡੇ ਸ਼ਹਿਰ ਕਾਜ਼ਾ ਦੇ ਵਿੱਚ ਹਾਂ ਅਤੇ ਅੱਜ ਅਸੀਂ ਇੱਥੋਂ ਜਾਣਾ ਡੈਮੋਲ ਪਿੰਡ। ਇਹ ਉਹ ਪਿੰਡ ਆ ਜਿਹੜਾ ਕਿ ਬੜਾ ਹਿਡਨ ਜਿਹਾ, ਬਹੁਤ ਘੱਟ ਟਰੈਵਲਰ ਉੱਥੇ ਜਾਂਦੇ ਆ ਅਤੇ ਪੰਜਾਬੀ ਦੇ ਵਿੱਚ ਵੀ ਮੈਨੂੰ ਲੱਗਦਾ ਇਹ ਪਹਿਲੀ ਵੀਡੀਓ ਹੋਣੀ ਹੈ ਜਿਹੜੀ ਤੁਸੀਂ ਵੇਖ ਰਹੇ ਹੋਵੋਗੇ ਉਸ ਪਿੰਡ ਦੀ। ਅਤੇ ਇਹ ਜਦੋਂ ਆਪਾਂ ਘੁੰਮਣ ਆਉਂਦੇ ਹਾਂ ਨਾ, ਫਿਰ ਲੋਕਲਸ ਜਿਹੜੇ ਲੋਕਲ ਹੁੰਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਪਤਾ ਲੱਗਦਾ ਕੁਝ ਚੀਜ਼ਾਂ ਦਾ ਤੁਹਾਨੂੰ, ਅਤੇ ਸਾਨੂੰ ਇਸ ਪਿੰਡ ਬਾਰੇ ਕਰਨ ਬਾਈ ਨੇ ਦੱਸਿਆ ਜਿਨ੍ਹਾਂ ਦੇ ਹੋਟਲ ਦੇ ਵਿੱਚ ਆਪਾਂ ਰੁਕੇ ਹੋਏ ਹਾਂ। ਅਤੇ ਹੁਣ ਆਪਾਂ ਬਸ ਹੋਟਲ ਤੋਂ ਹੀ ਚੱਲੇ ਹਾਂ, ਇੱਧਰਲੇ ਪਾਸੇ ਹੋਟਲ ਆ ਉਹਨਾਂ ਦਾ ਡਜ਼ੋਰ, ਅਤੇ ਆ ਜਾਓ ਫਿਰ ਚੱਲੀਏ। ਤਕਰੀਬਨ 1.5 ਘੰਟਾ ਲੱਗੂਗਾ ਕਿਉਂਕਿ ਪਹਾੜਾਂ 'ਚ ਕਿਲੋਮੀਟਰ ਨਹੀਂ ਸਗੋਂ ਮਿੰਟ ਜਾਂ ਘੰਟੇ ਗਿਣੇ ਜਾਂਦੇ ਆ। ਡੈਮੋਲ ਜਾਣ ਦੇ ਲਈ ਕਾਜ਼ਾ ਤੋਂ 10-12 ਕਿਲੋਮੀਟਰ ਤਾਬੋ ਵਾਲੇ ਰੋਡ 'ਤੇ ਆਉਣਾ ਪੈਂਦਾ ਅਤੇ ਇੱਥੋਂ ਫਿਰ ਸੜਕ ਚੜ੍ਹਦੀ ਹੈ, ਆਪਾਂ ਹੁਣ ਉਹੀ ਮੁੜਨੀ ਹੈ ਖੱਬੇ ਹੱਥ। ਵੈਲਕਮ ਟੂ ਗ੍ਰਾਮ ਪੰਚਾਇਤ ਡੈਮੋਲ। ਹਾਂ ਡੈਮੋਲ, ਇਹ ਲਦਾਂਗ ਪਿੰਡ ਆ ਜਿੱਥੋਂ ਇਹ ਸੜਕ ਮੁੜਦੀ ਹੈ ਉੱਪਰ ਨੂੰ। ਜਿਹੜਾ ਡੈਮੋਲ ਦਾ ਕਾਜ਼ਾ ਤੋਂ ਡਿਸਟੈਂਸ ਆ ਉਹ 30-32 ਕਿਲੋਮੀਟਰ ਆ, ਪਰ ਇਹਨੂੰ ਵੀ ਘੰਟਾ ਸਵਾ ਘੰਟਾ, ਮਤਲਬ ਸਵਾ ਘੰਟਾ ਤੋਂ 1.5 ਘੰਟਾ ਲੱਗ ਹੀ ਜਾਂਦਾ ਕਿਉਂਕਿ ਆ ਰਾਹ ਵੇਖ ਲਓ ਮੋਰੇ ਐਵੇਂ ਦਾ ਕੈਂਚੀਆਂ ਵਾਲਾ, ਸਪੀਡ ਜਿਹੜੀ ਹੈ 20-30 ਇੱਦਾਂ ਹੀ ਜਾਊਗੀ, 40 ਚੱਲ ਜਾਓਗੇ ਹੱਦ ਅਤੇ ਕੈਂਚੀਆਂ ਜਿਹੀਆਂ ਆ ਹੀ ਜਾਣੀਆਂ। ਸਪੀਤੀ ਦਰਿਆ ਉਹ ਹੇਠਾਂ ਰਹਿ ਗਿਆ ਸੀ, ਕਾਫੀ ਹਾਈਟ ਤੇ ਆ ਗਏ ਆ। ਘੁੰਮਣ ਗਿਰੀ ਵਾਲਾ ਰਾਹ ਚੜ੍ਹਦੇ ਜਾ ਰਹੇ ਆ, ਹਲੇ 11 ਕਿਲੋਮੀਟਰ ਪਿਆ ਹੋਰ ਤਾਂ ਨੂੰ ਜਾਣਾ ਜਿਹੜਾ ਹਾਲੇ ਤੋਂ, ਮਤਲਬ ਮੇਨ ਤੋਂ ਮੈਨੂੰ ਲੱਗਦਾ ਆਪਾਂ ਆਏ ਹੋਵਾਂਗੇ
ਪੰਜ ਗਾਏ ਆ, ਪੰਜ ਛੇ, ਤੇ ਵੇਖ ਲਓ ਕਿੰਨਾ ਉੱਚਾ। ਇਹ ਇੱਕੋ ਪਿੰਡ ਆ ਸਿਰਫ, ਡੈਮੂਵਲੀ ਆ ਉੱਪਰ, ਤੇ ਤਾਂ ਵੀ ਬਹੁਤ ਵਧੀਆ ਸੜਕ ਬਣੀ ਆ। ਆ ਪਿੱਛੇ ਥੱਲੇ ਤਾਂ ਹੈ ਹੀ ਨਵੀਂ ਬਣੀ ਪਈ ਸੀਗੀ ਸਾਰੀ, ਹਾਲੇ ਤੱਕ ਸਾਨੂੰ ਕੋਈ ਨਾ ਤਾਂ ਅੱਗੇ ਨੂੰ ਜਾ ਰਿਹਾ ਉੱਪਰ ਪਿੰਡ ਵੱਲ ਨੂੰ ਮਿਲਿਆ, ਅਤੇ ਨਾ ਹੀ ਪਿੰਡ ਤੋਂ ਥੱਲੇ ਨੂੰ ਜਾ ਰਿਹਾ ਮਿਲਿਆ, ਅਸੀਂ ਹਾਂ ਇਕੱਲੇ। ਅਜੇ ਹੁਣ ਤਾਂ ਬੱਦਲ ਵੀ ਥੱਲੇ ਰਹਿਣ ਲੱਗ ਪਏ, ਉਹ ਚਿੱਟੇ ਚਿੱਟੇ ਬੱਦਲ ਥੱਲੇ ਰਹਿ ਗਏ ਗਈ। ਕਿਆ ਬਾਤਾਂ, ਵੇਖੋ ਕਾਫੀ ਹਾਈਟ ਤੇ ਉੱਤੇ ਆ ਕੇ, ਕੰਨਾ ਸੋਹਣਾ, ਪਹਾੜ ਹਰੇ ਹੋ ਗਏ, ਗ੍ਰੀਨਰੀ ਵਾਲਾ ਮਾਹੌਲ ਆ ਗਿਆ, ਪੂਰੀ ਹਰੀ ਘਾਟੀ ਆ। ਤੇ ਹਰੀ ਘਾਟੀ ਵਾਲਾ ਕਿੱਸਾ ਵੀ ਤੁਹਾਨੂੰ ਸੁਣਾਉਂਦੇ ਹਾਂ ਗਾਂਹ ਜਾ ਕੇ, ਕਿਉਂਕਿ ਡੈਮੂਲ ਪਿੰਡ ਦੇ ਨਾਲ ਕੁਝ ਫੋਕਲੋਰਸ ਜੁੜਦੀਆਂ, ਕਿੱਸੇ ਕਹਾਣੀਆਂ ਹੈ ਜਿਹੜੇ ਪੁਰਾਣੇ ਆ, ਉਹ ਆਪਾਂ ਉਤਰ ਕੇ ਸਾਂਝੇ ਕਰਦੇ ਹਾਂ ਤੁਹਾਡੇ ਨਾਲ। ਪੱਥਰ ਵੀ ਕਿੱਡੇ ਕਿੱਡੇ ਆ, ਹਾਂਜੀ, ਇਹ ਵੀ ਉੱਪਰੋਂ ਰੜ ਰੁੜ ਕੇ ਆਏ ਹੋਣੇ, ਫਿਰ ਜਿੱਥੇ ਕਿ ਉਹਨਾਂ ਨੂੰ ਪੈਰ ਉਹਨਾਂ ਦੇ ਗੱਡੇ ਗਏ ਉੱਥੇ ਕਿ ਰੁਕ ਗਏ, ਪਹਾੜਾਂ ਤੋਂ ਟੁੱਟ ਕੇ ਹੀ ਡਿੱਗੇ ਹੋਣੇ ਆ। ਪਹਾੜ ਚੜ੍ਹਦਿਆਂ ਬਹੁਤ ਸੋਹਣੇ ਫੁੱਲ ਦੇ, ਅਸੀਂ ਗੱਡੀ ਪਾਰਕ ਕਰ ਦਿੱਤੀ ਹੈ। ਇਹ ਮਨ ਵੀ ਕੱਲ੍ਹ ਪਿੰਨ ਵੈਲੀ ਦੇ ਵਿੱਚ ਵੀ ਨਾ ਮੈਂ ਇੱਦਾਂ ਦੇ ਕੰਡੇ ਜਿਹੇ ਵੇਖੇ ਸੀ, ਮੈਨੂੰ ਲੱਗਦਾ ਉਹਨਾਂ ਦੇ ਉਹਨਾਂ ਨੂੰ ਹੀ ਖੜੇ ਆ ਇਹ ਗਾਂ। ਪਹਿਲਾਂ ਆ ਜਿਹੜਾ ਮੇਨ ਅਟਰੈਕਟ ਕੀਤਾ ਜਿਹਨੇ ਆਪਾਂ ਨੂੰ, ਇਹ ਵੇਖ ਲਈਏ। ਨਹੀਂ ਨਹੀਂ ਇਹੀ ਆ, ਹਾਂਜੀ, ਕਿਉਂਕਿ ਉਹ ਜਿੱਦਾਂ ਦੇ ਗੁਲਾਬ ਵਾਲਾ ਹੁੰਦਾ ਨਾ ਫੁੱਲ, ਬਿਲਕੁਲ ਇੱਕ ਫੁੱਲ ਖਿੜਿਆ ਸੀ ਸਿਰਫ ਉਹਨੂੰ, ਅਤੇ ਆਹ ਕੰਡੇ ਜਿਹੇ ਹੀ ਆ। ਪਰ ਉੱਥੇ ਸ਼ਾਇਦ ਐਲਟੀਟਿਊਡ ਘੱਟ ਆ, ਠੰਡ ਘੱਟ ਹੋਣੀ ਆ, ਇੱਥੇ ਹਾਇਰ ਐਲਟੀਟਿਊਡ ਆ, ਕਿੰਨਾ ਆਪਾਂ ਚੜ੍ਹੇ ਤਾਂ ਕਰਕੇ ਜ਼ਿਆਦਾ ਫੁੱਲ ਖਿੜੇ ਆ। ਕਮਾਲ ਆ ਬੂਟਾ ਬਈ, ਕਿੰਨੇ ਸੋਹਣੇ ਲੱਗਦੇ ਆ, ਗੁਲਾਬ ਹੀ ਆ ਜਮਾਂ ਇਹ। ਕਈ ਵਾਰ ਨਾ ਆਪਾਂ ਮੰਜ਼ਿਲ ਦੇ ਨਾਮ ਨੂੰ ਜਾਂਦੇ ਹਾਂ ਕਿ ਮੰਜ਼ਿਲ ਬਹੁਤ ਸੋਹਣੀ ਹੈ, ਪਰ ਜਦੋਂ ਮੰਜ਼ਿਲ ਵੱਲ ਨੂੰ ਜਾ ਰਹੀ ਹੈ ਹੋਈ ਹੈ ਨਾ, ਅਤੇ ਉਦੋਂ ਜਦੋਂ ਰਾਹਾਂ 'ਚੋਂ ਲੰਘੀਏ, ਰਾਹ ਮੰਜ਼ਿਲ ਤੋਂ ਵੀ ਸੋਹਣੇ ਹੋ ਜਾਂਦੇ ਆ, ਰਾਹ ਬਹੁਤ ਕਮਾਲ ਦੇ ਨੇ। ਇੱਕੋ ਜਗ੍ਹਾ 'ਤੇ ਕਈ ਤਰ੍ਹਾਂ ਦੇ ਰੰਗ ਬਦਲਦੇ ਆ, ਕਾਲੇ ਐਨ ਪੂਰੇ ਰੋਡੇ ਅਤੇ ਹਰੇ ਪਹਾੜ। ਅਤੇ ਹੁਣ ਤਾਂ ਮਾਹੌਲ ਵੀ ਵੈਸੇ ਜ਼ਿਆਦਾ ਠੰਡਾ ਹੋ ਗਿਆ, ਕਿਉਂਕਿ ਪਹਿਲਾਂ ਧੁੱਪ ਸੀਗੀ, ਧੁੱਪ ਦੇ ਵਿੱਚ ਸੀਗੇ, ਅਤੇ ਆਹ ਪੂਰਾ ਬੱਦਲ ਆ ਗਿਆ ਪਹਾੜ ਦੇ ਇਸ ਪਾਸੇ। ਹੌਲੀ ਆਓ ਜੀ, ਹੌਲੀ ਆਓ ਜੀ, ਹੌਲੀ ਕਿੱਥੇ ਚੱਲਦੇ? ਉਹ ਦੇਖੋ ਪਿੰਡ ਵੀ ਦਿਖਣ ਲੱਗ ਪਿਆ ਥੋੜ੍ਹਾ ਥੋੜ੍ਹਾ, ਜਿਹੜਾ ਆਪਣੀ ਮੰਜ਼ਿਲ ਆ, ਅਤੇ ਮੰਜ਼ਿਲ ਨੂੰ ਜਾਣ ਵਾਲਾ, ਪਰ ਇਹ ਰਾਹ ਬਹੁਤ ਖੂਬਸੂਰਤ ਆ। ਪਿੰਡ 'ਚ ਅਸੀਂ ਦਾਖਲ ਹੋ ਗਏ ਹਾਂ, ਆਹ ਨਵਾਂ ਘਰ ਬਣ ਰਿਹਾ ਹਲੇ ਕੋਈ, ਨਵਾਂ ਤੇ ਪਹਿਲਾ ਘਰ ਆ ਇਸ ਪਿੰਡ ਦਾ ਇਧਰਲੇ ਪਾਸੇ, ਅੱਗੇ ਜਾ ਕੇ ਦੇਖਣਗੇ ਤੁਹਾਨੂੰ
ਪੁਰਾਣੇ ਘਰ ਸਪੀਤੀ ਦੇ। ਹਾਂ ਸਪੀਤੀ ਦੇ ਸਾਰੇ ਘਰ ਨਾ ਜਿੰਨੇ ਵੀ ਪਿੰਡ ਹੋਣਗੇ ਏਦਾਂ ਦੇ ਦਿਖਣਗੇ ਪਹਾੜ ਤੋਂ। ਪੌੜੀਦਾਰ ਹੀ ਖੇਤ ਹੁੰਦੇ ਤੇ ਪੌੜੀਦਾਰ ਢੰਗ ਜੀ ਘਰ ਹੁੰਦੇ। ਇਹ ਇਹ ਜ਼ਿਆਦਾ ਪੌੜੀਦਾਰ ਹੈ ਵੈਸੇ। ਨਾਕੋ ਫੇ ਵੀ ਥੋੜਾ ਪੌੜੀਦਾਰ ਨਹੀਂ ਸੀਗਾ ਹਨਾ, ਨਾ ਤਨਕਰ ਵੀ ਨਹੀਂ ਸੀਗਾ, ਉਹ ਸਾਈਡ ਇੱਧਰ ਉੱਧਰ ਸੀਗਾ, ਪਰ ਇਹ ਸਾਰਾ ਪਿੰਡ ਪੌੜੀਦਾਰ ਹੈ। ਆਹ ਦੇਖੋ ਜੀ ਰੰਗ ਸਫੈਦ ਹੀ ਹੁੰਦਾ ਘਰਾਂ ਨੂੰ, ਏਦਾਂ ਹੀ ਟਾਕੀਆਂ ਹੁੰਦੀਆਂ ਬਾਰੀਆਂ। ਆ ਲਓ ਜੀ ਪਿੰਡ ਦਾ ਝਾਕਾ ਦੇਖੋ। ਓਹੋ ਕਿੰਨਾ ਠੰਡਾ ਮਾਹੌਲ ਹੋ ਗਿਆ। ਗੱਡੀ ਕਹਿੰਦੀ ਆ ਵੀ 21 ਡਿਗਰੀ ਸੈਲਸੀਅਸ ਟੈਂਪਰੇਚਰ ਆ ਇਸ ਵੇਲੇ ਇੱਥੋਂ ਦਾ। ਅੱਛਾ ਜੀ। ਤੇ ਜਦੋਂ ਆਪਾਂ ਤੁਰੇ ਸੀਗੇ ਕਾਜ਼ਾ ਤੋਂ ਉੱਥੇ 31 ਡਿਗਰੀ ਸੀਗਾ। 10 ਸਿੱਧਾ ਹੀ ਘਟ ਗਿਆ, 10 ਡਿਗਰੀ ਦਾ ਫਰਕ ਪੈ ਗਿਆ ਦੇਖ ਲਓ। ਤੇ ਜਿੱਥੇ ਉਹ ਫੁੱਲ ਜਿਹਾ ਸੀਗਾ ਗੁਲਾਬ ਵਰਗਾ ਪਿੱਛੇ, ਉੱਥੇ 24-25 ਤੱਕ ਆ ਗਿਆ ਸੀ ਟੈਂਪਰੇਚਰ, ਤੇ ਇੱਥੇ ਹੋਰ ਘਟ ਗਿਆ। ਇੱਧਰ ਵੈਲਕਮ ਵੀ ਕਰਨ ਲੱਗਾ ਸਾਡਾ, ਵੈਲਕਮ ਗੇਟ ਆ ਗਿਆ ਪਿੰਡ ਦਾ। ਹਾਂਜੀ ਸਵਾਗਤ ਹੋ ਗਿਆ, ਨਾਲ ਬੋਟੀ 'ਚ ਵੀ ਲਿਖਿਆ ਡੈਮੂਲ। ਪਿੰਡ 'ਚ ਪਹੁੰਚਦੇ ਆ ਸਾਰੀ ਕਾਲੀ ਘਟਾ ਹੋਰ ਛਾ ਗਈ ਤੇ ਥੋੜੀਆਂ ਜਿਹੀਆਂ ਕਣੀਆਂ ਜਿਹੀਆਂ ਵੀ ਆ ਗਈਆਂ, ਪਰ ਨਾਲ ਹੀ ਰੁਕ ਗਿਆ ਵਾ, ਹਲੇ ਨਾ ਹੀ ਆਵੇ ਵਧੀਆ। ਹਾਂ ਅਸੀਂ ਘੁੰਮ ਲਈਏ ਇੱਧਰ ਲਈ ਜਾਂਦੇ ਬੋਰੇ ਲੱਦ ਕੇ ਗਧਿਆਂ ਦੇ ਕੁਛ। ਇੱਧਰ ਵੀ ਘਰ ਬਣ ਰਿਹਾ ਤਾਂ ਉਹ ਕੁਛ ਸਮਾਨ ਸੀਮੈਂਟ ਵਗੈਰਾ ਲੈ ਕੇ ਜਾ ਰਹੇ ਲੱਗਦਾ। ਹੋਰ ਚੱਲ ਰਿਹਾ ਕੰਮ। ਅਤੇ ਮੋਹਰੇ ਉਹ ਭਰਨ ਡੇ ਬੱਜਰੀ, ਉਹੀ ਲੈ ਕੇ ਜਾ ਰਿਹਾ ਚੜਾ ਕੇ ਉੱਪਰ ਨੂੰ। ਉਹ ਪੱਥਰ ਉੱਪਰ ਹੀ ਬਣਾ ਤਾ ਕੁਛ। ਆਹੋ ਘਰ ਹੀ ਹੈ। ਇੰਨਾ ਠੰਡਾ ਮਾਹੌਲ ਹੋਇਆ ਕਿਸੇ ਪਿੰਡ 'ਚ ਨਹੀਂ ਹੋਇਆ, ਇੱਦਾਂ ਦਾ ਬੱਦਲ ਵਾਹੀ ਵਾਲਾ। ਠੰਡ ਲੱਗਣ ਲੱਗ ਗਈ, ਚੱਲ ਗਰਮੀ ਵੀ ਲੱਗਦੀ ਸੀ ਨਾ, ਤੁਹਾਨੂੰ ਡਰ ਸੀ ਮੈਂ ਕੋਟੀ ਜਿਹੀ ਟੈਪ ਪਾਇਆ ਕੁਛ ਅਤੇ ਫਿਰ ਠੰਡ ਲੱਗਣ ਲੱਗ ਪਏ। ਵਧੀਆ ਮੌਸਮ ਵਧੀਆ ਹੋ ਗਿਆ। ਹਾਂਜੀ ਆਹ ਇੱਕ ਹੋਰ ਜਾ ਰਿਹਾ ਲੈ ਕੇ। ਜੂਲੇ ਜੀ ਸਤਿ ਸ਼੍ਰੀ ਅਕਾਲ, ਪਤਾ ਹੈ ਆਪਕੋ ਸਤਿ ਸ਼੍ਰੀ ਅਕਾਲ ਬੁਲਾਤੇ ਹੈਂ, ਕਿਆ ਬਾਤ ਹੈ। ਪੰਜਾਬ ਗਏ ਹੋ? ਹਾਂਜੀ। ਕਿੱਥੇ? ਬਠਿੰਡਾ। ਬਠਿੰਡਾ ਸਹੀ ਹੈ। ਕੰਮ ਥਾ ਕੋਈ ਉਧਰ? ਹਾਂਜੀ ਘੁੰਮਣੇ ਗਏ ਥੇ ਕਿ ਕੋਈ ਕੰਮ ਥਾ? ਲੇਬਰ ਕਾ ਕੰਮ। ਲੇਬਰ ਕਾ, ਠੀਕ ਹੈ ਜੀ ਸਹੀ ਹੈ। ਇੱਥੋਂ ਤੇ ਯਹਾਂ ਕੇ ਰਹਿਣੇ ਵਾਲੇ ਹੋ ਆਪ? ਹਮ ਜਲੰਧਰ। ਹਾਂਜੀ ਹਾਂਜੀ ਜੀ। ਖੇਤ ਸੇ ਆ ਰਹੇ ਹੋ ਜੀ? ਖੇਤ ਸੇ ਆ ਰਹੇ ਹੋ? ਠੀਕ ਹੈ। ਕਿੰਨਾ ਪੁਰਾਣਾ ਪਿੰਡ ਹੈ ਨਾ, ਬਹੁਤ ਪੁਰਾਣਾ ਹੈ ਨਾ। ਸਹੀ ਹੈ। ਯਹਾਂ ਐਸੀ ਠੰਡ ਰਹਤੀ ਹੈ? ਬਰਫ ਬਹੁਤ ਗਿਰਦੀ, ਲੇਕਿਨ ਨਹੀਂ ਅਭੀ ਠੰਡ ਹੈ ਯੇ। ਅੱਜ ਠੀਕ ਹੈ। ਕਾਜ਼ਾ ਸੇ ਚਲੇ ਥੇ ਤੋ ਬਹੁਤ ਧੂਪ ਥਾ, ਬਹੁਤ ਗਰਮੀ ਥੀ। ਇਧਰ ਧੂਪ ਥੀ ਕਿ ਨਹੀਂ? ਸੁਬਹ ਥਾ। ਠੀਕ ਹੈ, ਅਭੀ ਬਾਅਦ ਮੇ ਬਾਦਲ ਹੋ ਗਿਆ ਨਾ। ਸਹੀ ਹੈ। ਸਪੀਤੀ ਦੀ ਲੋਕ ਧਾਰਾ ਦੇ ਵਿੱਚ ਇਸ ਪਿੰਡ ਦਾ ਜ਼ਿਕਰ ਦੋ ਤਰ੍ਹਾਂ ਆਉਂਦਾ ਫੋਕਲੋਰਸ ਦੇ ਵਿੱਚ, ਤੇ ਇੱਕ ਤੁਸੀਂ ਦੱਸ ਦਿਓ, ਇੱਕ ਫਿਰ ਮੈਂ ਸੁਣਾ ਦੇਣਾ ਕਿੱਸਾ। ਹਾਂਜੀ ਤੇ ਇੱਥੇ ਸੀਗਾ ਕਿ ਇੱਕ ਬੰਦਾ ਸੀਗਾ
ਆਪਣੀ ਯਾਕ ਆਪਣੀ ਯਾਕ ਤਾਂ ਕਹਿ ਰਹੀ ਕਿਉਂਕਿ ਯਾਕ ਮੇਲ ਹੁੰਦਾ ਵਾ ਤੇ ਡੈਮੋ ਫੀਮੇਲ ਹੁੰਦੀ ਆ ਤੇ ਉਹਨੂੰ ਚਰਾ ਰਿਹਾ ਸੀਗਾ ਤੇ ਉਹ ਗਵਾਚ ਗਈ ਬਹੁਤ ਵਧੀਆ ਲੱਗਾ ਘਾਟੀ ਦਾ ਮਾਹੌਲ ਤੇ ਆਪ ਵੀ ਇੱਥੇ ਵਸ ਗਿਆ ਤੇ ਉਹਨੇ ਹੋਰ ਵੀ ਜਿਹੜੇ ਉਹਦੇ ਨਾਲ ਦੇ ਰਹਿਣ ਵਾਲੇ ਹੋਣੇ ਆ ਉਹਨਾਂ ਨੂੰ ਵੀ ਇੱਥੇ ਲੈ ਆਇਆ ਇਹ ਕਿੱਸਾ ਆ ਇਸ ਪਿੰਡ ਬਾਰੇ ਜਿੱਦਾਂ ਆਪਣੇ ਵੀ ਪੰਜਾਬ ਦੇ ਬਹੁਤ ਸਾਰੇ ਕਿੱਸੇ ਕਹਾਣੀਆਂ ਹੁੰਦੇ ਆ ਲੋਕ ਧਾਰਾ ਚ ਆਪਣੇ ਵੀ ਬਹੁਤ ਆ ਤੇ ਉਸ ਤਰ੍ਹਾਂ ਆ ਉਸ ਤਰ੍ਹਾਂ ਸਪੀਤੀ ਦੇ ਪਿੰਡਾਂ ਬਾਰੇ ਇਦਾਂ ਦੇ ਬਹੁਤ ਸਾਰੇ ਕਿੱਸੇ ਨੇ ਹਾਂਜੀ ਤੇ ਹੁਣ ਜਿਹੜੇ ਹੁਣ ਇੱਕ ਕਿੱਸਾ ਤੁਸੀਂ ਸੁਣਾਉਣਾ ਜਿਹੜਾ ਲੋਕ ਧਾਰਾ ਚ ਇੱਕ ਹੋਰ ਆਉਂਦਾ ਉਹ ਲੂਣ ਨਾਲ ਜੁੜਿਆ ਹੋਇਆ ਉਹ ਕਹਿੰਦੇ ਆ ਵੀ ਸਪੀਤੀ ਦੇ ਵਿੱਚ ਨਾ ਲੂਣ ਦਾ ਕੋਈ ਲੂਣ ਨਹੀਂ ਸੀਗਾ ਕਿਉਂਕਿ ਇੱਥੇ ਖਾਰਾ ਪਾਣੀ ਨਹੀਂ ਹੈਗਾ ਕਿਤੇ ਸੋ ਇਸ ਕਰਕੇ ਲਦਾਖ ਵੱਲੋਂ ਲੂਣ ਆਉਂਦਾ ਸੀਗਾ ਇੱਥੇ ਤੇ ਇਹ ਪਿੰਡ ਜਿਹੜਾ ਆ ਇਹ ਪਿੰਡ ਦੇ ਲੋਕਾਂ ਨੇ ਜਦੋਂ ਲੂਣ ਖਾਧਾ ਤੇ ਫਿਰ ਇਹ ਪ੍ਰਗਟ ਹੋਏ ਮਤਲਬ ਫਿਰ ਨਿਕਲੇ ਉੱਦਾਂ ਪਹਿਲਾਂ ਦ੍ਰਿਸ਼ੀ ਸੀਗੇ ਇਹ ਮਤਲਬ ਇੱਕ ਇਹ ਵੀ ਕਿੱਸਾ ਵਾ ਅਤੇ ਉਹਦੇ 'ਚ ਅੱਗੇ ਇਹ ਵੀ ਜੋੜਿਆ ਜਾਂਦਾ ਕਿ ਸਪੀਤੀ ਦੇ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਆ ਜਿਨ੍ਹਾਂ ਨੇ ਹਾਲੇ ਲੂਣ ਦਾ ਸਵਾਦ ਨਹੀਂ ਚੱਖਿਆ ਅਤੇ ਜਦੋਂ ਕਦੇ ਸਵਾਦ ਚੱਖਣਗੇ ਤਾਂ ਉਹ ਫਿਰ ਨਿਕਲ ਆਉਣਗੇ ਇਸ ਪਿੰਡ ਦੀ ਤਰ੍ਹਾਂ ਸੋ ਵੇਖ ਲਓ ਵੀ ਹਰੇਕ ਖਿੱਤੇ ਦੇ ਵਿੱਚ ਉੱਥੋਂ ਦੀਆਂ ਕਹਾਣੀਆਂ ਦੇ ਵਿੱਚ ਕਿੱਦਾਂ ਦਾ ਕੁਛ ਹੁੰਦਾ ਨਾ ਸੋ ਇਸ ਪਿੰਡ ਦੀਆਂ ਦੋ ਕਹਾਣੀਆਂ ਸੀਗੀਆਂ ਜਿਹੜੀਆਂ ਅਸੀਂ ਤੁਹਾਨੂੰ ਸੁਣਾਈਆਂ ਇੱਕ ਮਨਪ੍ਰੀਤ ਨੇ ਅਤੇ ਇੱਕ ਮੈਂ ਅਤੇ ਹਾਂ ਇੱਕ ਹੋਰ ਚੀਜ਼ ਲਈ ਵੀ ਬੜਾ ਫੇਮਸ ਆ ਇਹ ਪਿੰਡ ਆ ਜਾਓ ਉੱਪਰ ਆ ਕੇ ਦੱਸਦੇ ਹਾਂ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਪਿੰਡ ਕਾਹਦੇ ਲਈ ਮਸ਼ਹੂਰ ਹੈ ਮਸ਼ਹੂਰ ਹੈਗਾ ਇਹ ਹੱਥ ਦੀ ਬਣਾਈ ਲਈ ਉੱਨ ਦੀ ਬਣਾਈ ਲਈ ਕਿਉਂਕਿ ਇਸ ਪਿੰਡ ਦੇ ਵਿੱਚ ਭੇਡਾਂ ਅਤੇ ਯਾਕ ਇਹਨਾਂ ਨੂੰ ਬਹੁਤ ਜ਼ਿਆਦਾ ਪਾਲਿਆ ਜਾਂਦਾ ਸਪੀਤੀ 'ਚ ਤੁਸੀਂ ਵੈਸੇ ਹੀ ਵੇਖਿਆ ਹੋਣਾ ਕਿ ਯਾਕ ਬਹੁਤ ਜ਼ਿਆਦਾ ਆ ਅਤੇ ਅੱਜ ਕੱਲ੍ਹ ਪਰ ਇਸ ਮੌਸਮ 'ਚ ਨਹੀਂ ਆ ਕਿਉਂਕਿ ਉਹਨਾਂ ਨੂੰ ਹੋਰ ਉੱਪਰ ਹਾਇਰ ਅਲਟੀਟਿਊਡ 'ਤੇ ਭੇਜ ਦਿੱਤਾ ਜਾਂਦਾ ਠੰਡ ਵਾਲੇ ਪਾਸੇ ਚਰਨ ਵਾਸਤੇ ਅਤੇ ਉਹਨਾਂ ਦੀ ਉੱਨ ਮੁੰਨ ਕੇ ਇੱਥੋਂ ਦੇ ਫਿਰ ਲੋਕ ਉਹਨਾਂ ਨੂੰ ਹੱਥ ਦੇ ਨਾਲ ਬੁਣਦੇ ਸੀਗੇ ਅਤੇ ਫਿਰ ਉਹਨੂੰ ਗਾਂਹ ਭੇਜਿਆ ਜਾਂਦਾ ਸੀਗਾ ਹੋਰਾਂ ਥਾਵਾਂ 'ਤੇ ਸੁਣਨ 'ਚ ਆਉਂਦਾ ਕਿ ਲੱਦਾਖ ਨੂੰ ਵੀ ਬਹੁਤ ਕੁਝ ਜਾਂਦਾ ਸੀ ਜਿਵੇਂ ਉੱਧਰੋਂ ਇੱਥੇ ਲੂਣ ਆ ਜਾਂਦਾ ਸੀਗਾ ਅਤੇ ਅੱਜ ਵੀ ਹਾਲੇ ਹਾਂ ਅੱਜ ਵੀ ਨਾਲ ਬੁਣਦੇ ਆ ਮਿਲ ਜਾਂਦਾ ਸਮਾਨ ਅਤੇ ਇੱਥੇ ਉਹਨੇ ਇੱਕ ਬੀਬਾ ਜੀ ਸੀਗੇ ਮਨਪ੍ਰੀਤ ਉਹਨਾਂ ਨੂੰ ਪੁੱਛ ਵੀ ਰਹੇ ਸੀਗੇ ਵੀ ਮਿਲ ਜੂਗਾ ਕੁਛ ਅਤੇ ਵੇਖਦੇ ਹਾਂ ਉਹਨਾਂ ਦੀ ਖੱਡੀ ਵੀ ਸ਼ਾਇਦ ਆਪਾਂ ਨੂੰ ਵੇਖਣ ਨੂੰ ਮਿਲ ਜੂਗੀ ਖੜਕਾ ਦੇ ਅੱਛਾ ਇਹ ਹੈ ਇਹ ਤਾਂ ਮੈਨੂੰ ਲੱਗਦਾ ਪੁਰਾਣਾ ਵਾ ਅਮਰੀਕਾ ਦਿਖਾਣਾ ਦੇਖ ਲਓ ਜੇ ਤੁਹਾਨੂੰ ਸਹੀ ਪੜਿਓ ਬੱਕਰੀ ਦੀ ਉਹਨਾਂ ਤੋਂ ਆ ਵਰਤਿਆ ਲੱਗਦਾ ਪਰ ਗੰਦਾ ਕੀਤਾ ਹੋਇਆ ਵਾ ਨਯਾ ਨਹੀਂ ਹੈ ਨਯਾ ਨਹੀਂ ਹੈ ਨਯਾ ਨਯਾ ਹਾਂ ਨਹੀਂ ਜੇ ਤੂੰ ਪੁਰਾਣਾ ਹੈ ਨਯਾ ਹੈ ਨਹੀਂ ਪਹਿਨਾ ਇਹ ਗੰਦਾ ਹੋਇਆ ਹੈ ਗੰਦਾ ਹੋਇਆ ਹਾਂਜੀ ਨਾਲੇ ਆਦੇ ਉਹ ਵੀ ਆਈ ਨਾ ਥੋੜੀ ਬੋਰ ਵੀ ਆਈ ਪਈ ਹੈ ਹਾਂਜੀ ਵਰਤਿਆ ਹੋਇਆ ਵਾ ਇਹ ਇਸ ਵਤੇ ਵੇ ਪੁਰਾਣਾ ਨਹੀਂ ਹੈ ਕਸਮ ਨਹੀਂ 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 ਕੋਈ ਬਾਤ ਨਹੀਂ ਇੱਦਾਂ ਦੇ ਆ ਦੇਖੋ ਇਹ ਬੱਕਰੀ ਦੀ ਉਹਨਾਂ ਦਾ ਕਹਿ ਰਹੇ ਹਨਾ ਹਾਂਜੀ ਬੱਕਰੀਆਂ ਦੀ ਵੀ ਉਹਨਾਂ ਹੁੰਦੀ ਇੱਥੇ ਕਿਉਂਕਿ ਇੱਥੇ ਸਾਰਾ ਜੱਤਲੀ ਹੁੰਦਾ ਨਾ ਹਾਂਜੀ ਕਿਉਂਕਿ ਠੰਡ ਦਾ ਕਰਕੇ ਸਾਰੇ ਜਾਨਵਰ ਵੀ ਉਹਨਾਂ 'ਤੇ ਜੱਤ ਜ਼ਿਆਦਾ ਹੁੰਦੀ ਆ ਸ਼ੁਕਰੀਆ ਉਹ ਪੁਰਾਣਾ ਸੀਗਾ ਨਾ ਉਹ ਤੇ ਬੋਰ ਆਈ ਹੋਈ ਸੀਗੀ ਹਾਂਜੀ ਆਂਟੀ ਜੀ ਪਰ ਕਹਿੰਦੇ ਵੀ ਨਹੀਂ ਨਵਾਂ
ਕਿਉਂਕਿ ਅਗਲੇ ਨੇ ਤਾਂ ਵੇਚਣਾ ਹੁੰਦਾ ਨਾ, ਤਾਂ ਕਰਕੇ ਕਹਿ ਰਹੇ ਹੋ। ਹੋਰ ਕਿਤੇ ਦੇਖ ਲਓ ਜੇ ਮਿਲਦਾ ਕੋਈ ਨਾ। ਬਾਲ ਬੂਲ ਵੀ ਲੱਗੇ ਸੀ ਨਾ, ਤਾਂ ਵੀ ਪਤਾ ਚੱਲਦਾ ਆ, ਮੈਂ ਦੇਖਿਆ ਫੜ ਕੇ। ਇਹਨਾਂ ਲੋਕਾਂ ਨੇ ਪਤਾ ਨਹੀਂ ਆ ਕੀ ਸਕਾ ਕੇ ਰੱਖਿਆ ਪਿਆ ਉੱਪਰ ਛੱਤਾਂ ਦੇ। ਇਹ ਮਟਰ ਤਾਂ ਨਹੀਂ ਹੈਗੇ, ਸਖ਼ਤ ਜਿਹਾ ਕੁਛ ਬੂਟੀ ਲੱਗਦੀ ਕੋਈ ਹੋਰ। ਉਹ ਤਾਂ ਨਹੀਂ ਜਿਹੜੀ ਰਸਤੇ 'ਚ ਆਉਂਦੀ ਕੰਡਿਆਂ ਦੀ ਵਾਲੀ, ਲੱਗਦਾ ਉੱਦਾਂ ਦਾ, ਜੜ੍ਹਾਂ ਹੀ ਬਹੁਤ ਮੋਟੀਆਂ ਇਹਦੀਆਂ। ਆਹ ਦੇਖੋ ਕੰਡੇ ਵੀ ਹੈਗੇ ਆ ਉਹ ਵਾਲੀ ਹੋਊਗੀ ਸਾਈਡਾਂ ਤੇ। ਜੂਲੇ ਜੀ, ਜੂਲੇ ਜੀ, ਇਹਨਾਂ ਨੂੰ ਪੁੱਛ ਲਓ, ਵੋ ਆਪਕੇ ਪਾਸ ਹੱਥ ਸੇ ਬੁਣਾ ਹੁਆ ਕੁਛ ਮਿਲੇਗਾ, ਹੱਥ ਸੇ ਬਣਾ ਹੁਆ ਕੋਈ ਮਫਰਲ ਜਾਂ ਕੁਛ ਮਿਲੇਗਾ ਕਿ ਨਹੀਂ? ਹਾਂ ਨਹੀਂ ਹੈ, ਸ਼ੋਲ ਹੈ, ਨਯਾ ਹੈ, ਨਯਾ ਪੁਰਾਣਾ ਵੀ ਹੈ ਨਯਾ ਵੀ ਹੈ, ਨਯਾ ਦਿਖਾ ਦਿਓ। ਨਹੀਂ ਹੈ ਆਂਟੀ, ਨਹੀਂ ਹੈ। ਅੱਛਾ ਕੋਈ, ਹਮ ਤੋ ਅਭੀ ਆਏ, ਅਭੀ ਚਲ ਜਾਏਂਗੇ ਜੀ। ਔਰ ਕਹੀਂ ਸੇ ਮਿਲੇਗਾ, ਕਿਸੀ ਔਰ ਘਰ ਸੇ ਪੁੱਛ ਲੇਤੇ ਓ ਆਂਟੀ ਜੀ ਨੂੰ ਪੁੱਛਣਗੇ। ਨਹੀਂ ਹੈ ਕਹਿੰਦੇ, ਸਰਜਾ ਮਾਰਿਆ ਆਂਟੀ ਨੇ ਉਧਰੋਂ। ਕਿਆ ਬੋਲਤੇ ਹੈ? ਮੈਨੂੰ ਲੱਗਦਾ ਨਹੀਂ ਕਿਉਂਕਿ ਸੀਜ਼ਨ ਨਹੀਂ ਨਾ ਹੈਗਾ। ਦੋਨੋਂ ਦਿਖਾ ਦੋ, ਦਿਖਾ ਦੋ, ਜੋ ਪਸੰਦ ਆਏਗਾ ਲੈ ਲੈਂਗੇ। ਚਲੋ ਆਜੋ ਉਧਰ ਆਂਟੀ ਵਾਲੀ ਚੱਲਦੇ ਹਾਂ। ਮਿਲੇਗਾ ਸ਼ੋਲ? ਨਹੀਂ ਮਿਲੇਗਾ। ਅੱਛਾ ਮੈਨੂੰ ਲੱਗਦਾ, ਆਹ ਦੇਖੋ ਖਲ ਜੀ ਪਈ। ਆਹੋ ਇਹ ਜਿਹੜੇ ਜਾਨਵਰ ਮਰ ਜਾਂਦੇ ਉਹਨਾਂ ਦੀ ਫਿਰ ਲਾ ਕੇ ਰੱਖ ਲੈਂਦੇ ਐਵੇਂ। ਚਲੋ ਦੇਖ ਲੈਂਦੇ, ਮੈਨੂੰ ਮਿਲ ਲੱਗਦਾ ਕਿਉਂਕਿ ਸੀਜ਼ਨ ਨਹੀਂ ਨਾ ਹੈਗਾ, ਸੀਜ਼ਨ 'ਚ ਜ਼ਿਆਦਾ ਆਉਂਦੇ ਹੋਣੇ ਆ ਤਾਂ ਕਰਕੇ। ਸ਼ੋਲ ਵਾਸਤੇ ਗੱਲ ਬਣ ਨਹੀਂ ਰਹੀ ਕਿਉਂਕਿ ਸੀਜ਼ਨ ਨਹੀਂ ਹੈਗਾ, ਸੀਜ਼ਨ ਹੁੰਦਾ ਆ ਜਦੋਂ ਇੱਥੇ ਪੂਰੀਆਂ ਚੋਟੀਆਂ ਬਰਫ਼ ਨਾਲ ਲੱਦ ਜਾਂਦੀਆਂ, ਉਦੋਂ ਬੀਬੀਆਂ ਘਰ 'ਚ ਬਹਿ ਕੇ ਫਿਰ ਬਣਾਉਂਦੀਆਂ ਆ। ਇਹਨਾਂ ਦਿਨਾਂ 'ਚ ਬੀਬੀਆਂ ਖੇਤਾਂ 'ਚ ਗਈਆਂ ਹੋਈਆਂ, ਖੇਤੀਬਾੜੀ ਦਾ ਮਤਲਬ ਫਸਲ ਕਿਉਂਕਿ ਬੀਜੀ ਹੋਈ, ਇਸ ਲਈ ਉਹ ਕੰਮ ਕਾਰ ਚੱਲ ਰਿਹਾ ਆ। ਜੇਕਰ ਤੁਸੀਂ ਇਸ ਪਿੰਡ ਦੇ ਵਿੱਚ ਆਉਣਾ ਤਾਂ ਤੁਹਾਨੂੰ ਕਈ ਪਹਾੜ ਲੰਘ ਕੇ ਆਉਣਾ ਪੈਣਾ ਆ, ਕਿਉਂਕਿ ਇਹ ਫਿਰ ਪਿੰਡ ਪਹਾੜ ਤੋਂ ਥੱਲੇ ਨੂੰ ਉਤਰਾਈ 'ਚ ਆ ਕੇ ਆ। ਆ ਪਹਾੜ ਦੇ ਪਰਲੇ ਪਾਸਿਓਂ ਆਏ ਹਾਂ ਆਪਾਂ, ਅਤੇ ਫਿਰ ਇੱਥੇ ਆ ਵੈਲੀ ਜੀ ਦੇ ਵਿੱਚ ਆ ਕੇ ਇਹ ਵਸਿਆ ਹੋਇਆ। ਅਤੇ ਬੰਦੇ ਦਾ ਉਹ ਯਾਕ ਫੀਮੇਲ ਯਾਕ ਇੱਥੇ ਕਿਤੇ ਫਿਰਦੀ ਹੋਣੀ ਆ, ਅਤੇ ਦੇਖ ਲਓ ਪਿੰਡ ਵਸ ਗਿਆ ਇੱਥੇ। ਹਾਂਜੀ, ਅਤੇ ਇੱਧਰਲੇ ਪਾਸੇ ਤੁਹਾਡੇ ਜੌਂ ਲੱਗੇ ਹੋਏ? ਹਾਂਜੀ ਇਹ ਜੌਂ ਦੀ ਖੇਤੀ ਹੈ। ਮੈਂ ਕਦੇ ਵੇਖੇ ਨਹੀਂ ਵੈਸੇ ਜੌਂ ਲੱਗੇ। ਅੱਛਾ ਨਹੀਂ, ਆਪਾਂ ਪੱਠਿਆਂ ਵਾਸਤੇ ਵੈਸੇ ਜਮੀ ਬੀਜਦੇ ਰਹੀਦਾ, ਪਰ ਇੱਦਾਂ ਪੂਰੀ ਖੇਤੀ ਨਹੀਂ ਵੇਖੀ, ਸਿੱਟੇ ਨਿਕਲੇ ਕਦੇ। ਜੌਂ ਦੇ ਖੇਤ 'ਚ ਹੀ ਆ ਗਏ ਆਪਾਂ, ਆ ਉੱਪਰ ਵੀ ਉਹ ਜੌਂ ਹੀ ਜੌਂ ਆ ਜਿਹੜੇ ਹਰੇ ਹਰੇ ਦਿਖਦੇ ਸਾਰੇ, ਆਹ ਵੀ ਆ, ਇੱਧਰ ਵੀ ਥੱਲੇ ਟਾਵੇਂ ਟਾਵੇਂ। ਤਾਂ ਆਹ ਛੋਟਾ ਜਿਹਾ ਹੜੰਬਾ, ਹੁਣ ਪਤਾ ਨਹੀਂ ਇਹਨੂੰ ਹੜੰਬਾ ਕਹਿੰਦੇ ਹੋਣਗੇ ਕਿ ਨਹੀਂ, ਆਪਾਂ ਤਾਂ ਕਣਕ ਗਾਉਣ ਵਾਲੇ ਇਹਨੂੰ ਹੜੰਬਾ ਹੀ ਕਹਿੰਦੇ ਹੁੰਦੇ, ਦਾਣੇ ਲਿਖਿਆ ਤਾਂ ਪਤਾ ਲੱਗਾ ਵੀ ਇਹ ਮਸ਼ੀਨ ਹੀ ਆ ਉਹ। ਤੇਰਾ ਭਲਾ ਹੋ ਜਾਇਆ, ਉੱਤੇ ਖੱਲ ਬੜੀ ਤਕੜੀ ਪਈ, ਪਤਾ ਨਹੀਂ ਬੱਕਰੇ ਬੱਕਰੀ ਦੀ ਹੋਊਗੀ ਜਾਂ ਯਾਕ ਦੀ ਹੋਊਗੀ, ਵੱਡੇ ਜਾਨਵਰ ਦੀ ਲੱਗਦੀ ਵੈਸੇ, ਯਾਕ ਹੋ ਸਕਦਾ। ਸਕੂਲ ਸੇ ਆਏ ਹੋ? ਸਹੀ ਹੈ, ਕੌਣ ਸੀ ਕਲਾਸ ਮੇਂ ਹੋ ਆਪ? ਮੈਂ 7th ਮੇਂ ਹੋ ਦੋਨੋਂ, ਠੀਕ ਹੈ। ਸਕੂਲ ਕਿੱਧਰ ਹੈ ਆਪਕਾ? ਪਿੱਛੇ ਪਿੱਛੇ ਥੱਕੇ ਪਏ ਲੱਗਦੇ ਵਿਚਾਰੇ, ਸਾਹ ਚੜਿਆ, ਟਰੈਕ ਕਰਕੇ ਆਏ ਆ।
ਇਹ ਪਿੰਡ ਦੀ ਨਾ ਉਚਾਈ 14,170 ਫੁੱਟ ਆ ਅਤੇ ਹੁਣ ਤੱਕ ਦੀ ਆਪਣੀ ਸਭ ਤੋਂ ਉੱਪਰਲੀ ਉਚਾਈ ਆ, ਮੈਂ ਸਭ ਤੋਂ ਵੱਧ ਦਾ ਐਲਟੀਟਿਊਡ ਆ ਜਦੋਂ ਦੇ ਆਪਾਂ ਇਹ ਸਫ਼ਰ ਕਰ ਰਹੇ ਹਾਂ, ਜਦੋਂ ਦਾ ਟੂਰ ਕੀਤਾ। ਜੇ ਉੱਦਾਂ ਮੋਟਾ ਜਿਹਾ ਗਿਣਾਵਾਂ ਤੁਹਾਨੂੰ, ਜਿੱਦਣ ਆਪਾਂ ਚਿਤਕੁਲ ਸੀਗੇ ਉੱਦਣ 11,000 ਤੋਂ ਵੱਧ ਸੀ, ਫਿਰ ਆਪਾਂ ਦੰਦਕਰ ਗਏ ਸੀ ਉਹ 12,000 ਤੋਂ ਵੱਧ ਸੀ, ਅਤੇ ਅੱਜ ਆਪਾਂ 14,000 ਤੋਂ ਵੱਧ ਦੇ ਐਲਟੀਟਿਊਡ 'ਤੇ ਹਾਂ। ਅਤੇ ਹਾਲੇ ਐਲਟੀਟਿਊਡ ਇਦੋਂ ਵੀ ਵਧਣਾ, ਕਿਉਂਕਿ ਇਸ ਤੋਂ ਅੱਗੇ ਜਾ ਕੇ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਹੋਣਾ, ਆਪਾਂ ਉੱਥੇ ਵੀ ਜਾਣਾ, ਉਹ 15,000 ਫੁੱਟ ਤੋਂ ਉੱਚਾ, ਉੱਥੇ ਵੀ ਪਹੁੰਚਾਂਗੇ। ਮਤਲਬ ਆਪਣੀ ਗੱਡੀ ਹੁਣ 14,000 ਫੁੱਟ ਤੋਂ ਉੱਪਰ ਆ ਗਈ ਹੈ, ਅਤੇ ਇਹਦੀ 15,000 ਫੁੱਟ ਤੋਂ ਵੀ ਉੱਪਰ ਜਾਊਗੀ। ਅਤੇ ਇੱਥੇ ਬੱਸ ਆਰਾਮ ਨਾਲ ਮਿਲ ਜਾਂਦੀ ਕਾਜ਼ਾ ਤੋਂ? ਹਾਂਜੀ, ਜੇਕਰ ਆਉਣਾ ਸਵੇਰੇ ਚੱਲਦੀ ਹੈ 7:30 ਵਜੇ। ਹਾਂਜੀ, ਜੇਕਰ ਆਉਣ ਦਾ ਇੱਛੁਕ ਹੈਗਾ ਆ ਤਾਂ ਬੱਸਾਂ ਇਸ ਪਿੰਡ ਨੂੰ ਚੱਲਦੀਆਂ ਨੇ, ਅਤੇ ਵਧੀਆ ਸੀਜ਼ਨ ਇੱਥੇ ਆਉਣ ਦਾ ਹੈਗਾ ਆ, ਜੁਲਾਈ ਅਗਸਤ ਸਤੰਬਰ ਅਕਤੂਬਰ, ਬਿਲਕੁਲ ਸਤੰਬਰ ਤੱਕ। ਹਾਂ, ਅਤੇ ਕਿਉਂਕਿ ਇਹ ਚੱਕਰ ਆ ਨਾ, ਜਦੋਂ ਬਰਫ਼ ਪੈ ਜਾਂਦੀ ਉਦੋਂ ਵੀ ਤੁਸੀਂ ਵੇਖਣ ਆ ਸਕਦੇ ਹੋ, ਪਰ ਉਦੋਂ ਕੱਟਿਆ ਜਾਂਦਾ ਹੈ ਕਾਜ਼ਾ, ਜਿਹੜਾ ਮੇਨ ਰੂਟ ਆ ਉਹ ਤਾਂ ਚੱਲਦਾ ਰਹਿੰਦਾ, ਸਾਫ਼ ਹੁੰਦਾ ਰਹਿੰਦਾ, ਪਰ ਜਿਹੜੇ ਪਿੰਡ ਵਸੇ ਆ ਨਾ ਉਹ ਕੱਟੇ ਜਾਂਦੇ ਆ, ਕਿਉਂਕਿ ਉਹ ਤਾਂ ਨੈਸ਼ਨਲ ਹਾਈਵੇ, ਉਹ ਚੱਲਦਾ ਹੀ ਰਹਿਣਾ। ਫਿਰ ਇਹ ਜਿੱਦਾਂ ਮਨਪ੍ਰੀਤ ਨੇ ਪਹਿਲਾਂ ਵੀ ਇੱਥੇ ਜ਼ਿਕਰ ਕੀਤਾ ਸੀਗਾ ਕਿ ਬੀਬੀਆਂ ਅੱਜ ਕੱਲ੍ਹ ਕਰਦੀਆਂ ਖੇਤੀ, ਅਤੇ ਜਦੋਂ ਫਿਰ ਉਹ ਵਾਲਾ ਸੀਜ਼ਨ ਹੁੰਦਾ ਬਰਫ਼ ਵਾਲਾ, ਉਦੋਂ ਫਿਰ ਇਹਨਾਂ ਨੇ ਬੁਣਤੀ ਕਰਨੀ ਆ, ਅਤੇ ਫਿਰ ਉਦੋਂ ਘਰਾਂ 'ਚ ਹੀ ਰਹਿਣਾ। ਹਾਂਜੀ, ਉਦੋਂ ਘਰਾਂ 'ਚ ਹੀ ਰਹਿਣਾ। ਅਤੇ ਆਉਣ ਲਈ ਤੁਸੀਂ, ਜੇ ਤੁਹਾਡੇ ਕੋਈ ਉੱਦਾਂ ਤੁਸੀਂ ਪਬਲਿਕ ਟਰਾਂਸਪੋਰਟ 'ਤੇ ਆ ਰਹੇ ਹੋ, ਫਿਰ ਬੱਸਾਂ 'ਤੇ ਵੀ ਆ ਸਕਦੇ ਹੋ ਜੇ ਆਪਣੇ ਸਾਧਨ 'ਤੇ ਆਉਣਾ, ਫਿਰ ਤਾਂ ਕੋਈ ਦਿੱਕਤ ਨਹੀਂ। ਹਾਂਜੀ, ਕਿਉਂਕਿ ਇੱਥੋਂ ਵੀ ਸਵੇਰ ਨੂੰ ਬੰਦੇ ਜਾਂਦੇ ਆ ਕੰਮਾਂ ਕਾਰਾਂ ਲਈ ਸ਼ਹਿਰ ਨੂੰ ਕਾਜ਼ਾ ਨੂੰ, ਉੱਧਰ ਹੀ ਸਵੇਰ ਨੂੰ ਇੱਧਰੋਂ ਵੀ ਬੱਸ ਚੱਲਦੀ ਆ, ਉੱਧਰੋਂ ਵੀ ਫਿਰ ਸ਼ਾਮ ਨੂੰ ਫਿਰ 5 ਵਜੇ ਦਾ ਟਾਈਮ ਹੈਗਾ ਉੱਥੋਂ ਕਾਜ਼ਾ ਤੋਂ ਵੀ ਇੱਧਰ ਆਉਣ ਦਾ। ਬਾਕੀ ਹੋਮ ਸਟੇਅ ਵੀ ਸ਼ਾਇਦ ਸੁਣਨ ਨੂੰ ਮਿਲਦਾ ਵੀ ਇਸ ਪਿੰਡ ਦੇ ਵਿੱਚ ਹੈਗੇ ਆ, ਬੋਰਡ ਨਹੀਂ ਲੱਭਦਾ ਵੈਸੇ ਕਿਤੇ, ਪਰ ਇੱਥੇ ਦੱਸਣ ਵਾਲੇ ਦੱਸਦੇ ਆ ਵੀ ਹੋਮ ਸਟੇਅ ਹੈਗੇ ਆ। ਜੇ ਆਪਣੇ ਸਾਧਨ 'ਤੇ ਆਉਣਾ ਫਿਰ ਤਾਂ ਵਧੀਆ ਗੱਲ ਹੀ ਆ। ਹਾਂਜੀ, ਆਪਾਂ ਤਾਂ ਸਿਰਫ ਬੱਸ ਵਾਲਿਆਂ ਨੇ ਦੱਸ ਰਹੇ ਹਾਂ ਕਿ ਜੇਕਰ ਪਰ ਆਹ ਜਿਹੜਾ ਜਿਹੜੇ ਦਿਨਾਂ 'ਚ ਆਪਾਂ ਆ, ਆਹ ਜਿਹੜਾ ਜੂਨ ਤੋਂ ਆਹ ਵਾਲਾ ਸੀਜ਼ਨ ਆ, ਅਗਲ ਨੂੰ ਜੁਲਾਈ ਅਗਸਤ ਸਤੰਬਰ ਤੱਕ, ਇਹਦੇ 'ਚ ਹਰੀ ਭਰੀ ਹੋ ਜਾਂਦੀ ਵਾਦੀ, ਜ਼ਿਆਦਾ ਸੋਹਣੀ ਲੱਗਦੀ ਆ। ਸੋ ਇਹਦੇ 'ਚ ਤੁਸੀਂ ਜ਼ਿਆਦਾ ਵਧੀਆ ਆਓ, ਮੈਂ ਕਹਿੰਦਾ, ਮੌਸਮ ਵੀ ਠੰਡਾ। ਕਾਜ਼ਾ ਤੋਂ 32 ਕਿਲੋਮੀਟਰ ਦੂਰ ਹੈ। ਹਾਂਜੀ, ਮਤਲਬ ਜੇ ਤਾਬੋ ਤੋਂ ਆਉਂਗੇ ਤਾਂ ਪਹਿਲਾਂ ਆਉਣਾ ਆ। ਹਾਂਜੀ, ਕਾਜ਼ਾ ਨੂੰ ਜੇ ਆਪਾਂ ਲੰਘ ਜਾਂਦੇ ਹਾਂ ਪਹਿਲਾਂ ਤਾਂ ਕਾਜ਼ਾ ਤੋਂ ਫਿਰ ਬੈਕ ਆਉਣਾ ਪੈਣਾ। ਜੀ, ਕਾਜ਼ਾ ਤੋਂ ਮੈਂ ਆਪਾਂ 10 ਤੋਂ 12 ਜਾਂ 14 ਕਿਲੋਮੀਟਰ ਪਿੱਛੇ ਆ ਕੇ ਫੇਰ ਚੜ੍ਹੇ ਹਾਂ ਇਸ ਪਿੰਡ ਨੂੰ। ਇਹ ਸੀਮੈਂਟ ਵੀ ਸਾਥ ਮੇਂ ਮਿਕਸ ਕਰ ਲਿਆ ਇਸਕੇ? ਹਾਂ, ਕਿਆ ਹੈ ਵੋ, ਰੇਤਾ ਹੈ ਵੋ? ਬਜਰੀ ਹੈ, ਦੇਖਣੇ ਕੋ ਲਗਤਾ ਹੈ ਜੈਸੇ ਸੀਮੈਂਟ ਵੀ ਮਿਕਸ ਹੈ ਇਸਮੇਂ। ਸਹੀ, ਚਲੋ ਫਿਰ ਠੀਕ ਹੈ, ਬਾਏ ਬਾਏ, ਮਿਲਦੇ ਹਾਂ ਫਿਰ। ਇਹ ਨਾ ਇੱਕ ਤਕੀਆ ਕਲਾਮ ਜਿਹਾ ਹੁੰਦਾ ਵੀ ਫੇਰ ਮਿਲਦੇ ਹਾਂ, ਵੀ ਫਿਰ ਮਿਲਾਂਗੇ, ਫੇਰ ਮਿਲਾਂਗੇ, ਕਹਿਣਾ ਚਾਹੀਦਾ ਨਾ ਇਹ। ਪੰਛੀ ਬਹੁਤ ਨੇ ਉਹ ਸਾਹਮਣੇ ਬੈਠੇ। ਹਾਂ, ਇਹ ਜ਼ਿਕਰ ਕਰਨਾ ਰਹਿ ਗਿਆ ਵੀ ਇਸ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਪੰਛੀ ਬਹੁਤ ਵੇਖਣ ਨੂੰ ਮਿਲਣਗੇ, ਅਤੇ ਦੂਸਰੀ ਗੱਲ ਇੱਧਰ ਆਉਂਦੇ ਹਾਂ ਰਾਹ ਦੇ ਵਿੱਚ ਜਿੱਦਾਂ ਫੁੱਲ ਵੇਖੇ ਆਪਾਂ, ਇੱਦਾਂ ਦੇ ਹੋਰ ਥੋੜ੍ਹਾ ਜਿਹਾ ਟਰੈਕ ਵੀ ਕਰੋਗੇ ਨਾ, ਇੱਥੋਂ ਟਰੈਕ ਵੀ ਹੁੰਦੇ ਆ, ਅਤੇ ਬਹੁਤ ਸਾਰੀਆਂ ਬੂਟੀਆਂ ਹਰਬ ਜਿਹੜੀਆਂ ਹਰਬਸ ਹੁੰਦੀਆਂ, ਮੈਡੀਕਲ ਪਲਾਂਟਸ ਜਿਹੜੇ, ਮੈਡੀਕਲ ਪਲਾਂਟ ਵੀ ਦੇਖਣ ਨੂੰ ਮਿਲਦੇ ਆ ਬਹੁਤ ਸਾਰੇ ਆ ਸਪੀਤੀ ਵੈਲੀ ਦੇ ਵਿੱਚ। ਅਤੇ ਪੰਛੀ ਜਿਹੜੇ ਉੱਦਾਂ ਤੁਸੀਂ ਸਪੀਤੀ 'ਚ ਹੋਰ ਕਿਤੇ ਨਹੀਂ ਵੇਖੇ, ਇੱਥੇ ਮਿਲ ਜਾਂਦੇ ਆ, ਆ ਜਿਹੜੀ ਹਰੀ ਭਰੀ ਵੈਲੀ ਜੀ। ਜਦੋਂ ਆਪਾਂ ਆ ਰਹੇ ਸੀ ਨਾ, ਹਾਂਜੀ, ਘਾਟੀਆਂ ਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਖਾਲੀ ਖੱਡਾਂ ਵਾਲੀ, ਉਹ 'ਚ ਬਹੁਤ ਉੱਡ ਰਹੇ ਸੀਗੇ, ਆਵਾਜ਼ਾਂ ਆ ਰਹੀਆਂ ਸੀਗੀਆਂ। ਉਹ ਦੇਖੋ ਸਾਹਮਣੇ, ਹਾਂ ਡਰ ਹੀ ਆ, ਤੇ ਉਹ ਦੇਖੋ ਇਹ ਤਾਂ ਵੱਡੇ ਜਾਨਵਰਾਂ ਦੀ ਡਰ ਆ ਕੋਈ। ਆਵਾਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਆ ਰਹੀਆਂ, ਜਿੱਦਾਂ ਕੋਇਲ ਨਹੀਂ ਕੂਕਦੀ ਹੁੰਦੀ ਉੱਦਾਂ ਦੀ, ਚਿੜੀਆਂ ਦੀ ਚਹਿਚਹਾਟ, ਬੜੀਆਂ ਸੋਹਣੀਆਂ ਆਵਾਜ਼ਾਂ ਆਉਂਦੀਆਂ। ਵਧੀਆ ਪਲੈਜੈਂਟ ਜਿਹਾ ਮਾਹੌਲ ਆ, ਇੱਥੇ ਤੁਸੀਂ ਕੈਂਪਿੰਗ ਵੀ ਕਰ ਸਕਦੇ ਹੋ, ਕਿਉਂਕਿ ਥੱਲੇ ਪਾਸੇ ਥੋੜ੍ਹਾ ਜਿਹਾ ਪੱਧਰਾ ਏਰੀਆ ਹੈਗਾ, ਅਤੇ ਟੈਂਟ ਟੁੰਟ ਲਾ ਸਕਦੇ ਹੋ ਜੇ ਕਿਤੇ ਤੁਹਾਡਾ ਵਿਚਾਰ ਬਣੇ। ਬਾਏ ਬਾਏ ਡੈਮੂਲ, ਫਿਰ ਆਵਾਂਗੇ, ਫਿਰ ਆਵਾਂਗੇ।
ਇਹ ਪਹਿਲਾ ਪਿੰਡ ਆਪਾਂ ਇਦਾਂ ਦਾ ਵੇਖਿਆ ਜਿਹੜਾ ਇੰਨੀ ਹਰੀ ਘਾਟੀ ਚ ਹੈ। ਤੇ ਇਹ ਵੀ ਤੇ ਮੈਂ ਇੱਧਰ ਦਿਖਾਉਣ ਲੱਗੀ ਸੀ ਖੇਤ, ਸਾਰੇ ਉਤਰਾਈ ਤੇ ਖੇਤ ਹੀ ਖੇਤ ਨੇ, ਪਿੰਡ ਦੀ ਖੇਤੀ ਜਿਹੜੀ ਸਾਰੀ ਇੱਧਰ ਹੇਠਲੇ ਪਾਸੇ ਆ। ਹਾਂਜੀ, ਪਿੰਡ ਸਾਰਾ ਉਹ ਉੱਪਰ ਵਸਦਾ ਆ, ਹਰੇ ਹਰੇ ਪਹਾੜਾਂ ਦੇ ਆਲੇ ਦੁਆਲੇ। ਪਹਾੜ ਦੀਆਂ ਚੋਟੀਆਂ ਤੋਂ ਇਹ ਪਿੰਡ ਬਾਹਲੀ ਸੋਹਣੇ ਲੱਗਦੇ ਆ। ਤੇ ਨਾਲੇ ਇੱਕ ਗੱਲ ਵੀ ਦੱਸਣੀ ਸੀਗੀ ਕਿ ਇੱਥੇ ਏਅਰਟੈੱਲ ਦਾ ਨੈਟਵਰਕ ਬਿਲਕੁਲ ਨਹੀਂ ਹੈਗਾ, ਜੀਓ ਚੱਲਦਾ ਹੈ ਅਤੇ BSNL। BSNL ਵੈਸੇ ਸਰਕਾਰੀ ਹੋਣ ਕਰਕੇ ਨਾ ਹਰ ਪਿੰਡ 'ਚ ਮਿਲ ਹੀ ਜਾਂਦਾ ਆ। ਆਪਾਂ ਚੱਲੀਏ ਹੁਣ ਫਿਰ ਕਿਣ ਮਿਣ 'ਚ। ਚਲੋ ਜੀ। ਹਾਂਜੀ ਜੀ, ਤਜਰਬਾ ਪੁੱਛਣਾ? ਦੱਸ ਦਿਓ। ਵਰਥ ਸੀਗਾ ਪਹਿਲਾਂ ਉਦੋਂ ਜਦੋਂ ਕਾਜ਼ਾ ਸੀ ਨਾ, ਉੱਥੇ ਧੁੱਪ ਬਹੁਤ ਲੱਗਦੀ ਸੀ, ਉਦੋਂ ਲੱਗਦਾ ਸੀ ਯਾਰ ਕਿੰਨਾ ਉੱਚਾ ਜਾਵਾਂਗੇ, ਹੋਰ ਉੱਥੇ ਚੰਮ ਸਾੜ ਲੈਣਾ ਆਪਾਂ, ਕਿਉਂਕਿ ਪਿਛਲੇ ਦਿਨਾਂ ਤੋਂ ਵੀ ਧੁੱਪਾਂ 'ਚ ਰੜਦੇ ਰਹੇ ਹਾਂ। ਪਰ ਇੱਥੇ ਆ ਕੇ ਜਦੋਂ ਆ ਘਾਟੀ ਜੀ ਤੋਂ ਥੱਲੇ ਨੂੰ ਉਤਰੇ ਨਾ, ਤੇ ਨਾਲ ਹੀ ਮਾਹੌਲ ਬਦਲ ਗਿਆ ਤੇ ਜਜ਼ਬਾਤ ਬਦਲ ਗਏ ਤੇ ਸਾਰਾ ਕੁਛ ਹੀ ਬਦਲ ਗਿਆ। ਧੁੱਪ ਘਾਟੀ ਤੇ ਧੁੱਪ ਨਾ ਪਿੰਡ ਤੇ ਪਹਿਲਾਂ ਪੈ ਰਹੀ ਸੀਗੀ ਜਦੋਂ ਆਪਾਂ ਉੱਪਰ ਸੀਗੇ, ਪਰ ਜਦੋਂ ਤੱਕ ਥੱਲੇ ਪਹੁੰਚੇ ਉਦੋਂ ਤੱਕ ਬਦਲਵਾਈ ਹੋ ਗਈ ਸੀ। ਆਹੋ ਲੇਬਰ ਵਾਲੇ ਜਿਹੜੇ ਵੀਰ ਲੱਗੇ ਪਏ ਸੀ ਉਹ ਵੀ ਦੱਸਦਾ ਸੀ ਨਾ, ਕਹਿੰਦਾ ਨਹੀਂ ਸਵੇਰੇ ਧੁੱਪ ਹੀ ਸੀ, ਕਹਿੰਦਾ ਚੰਗੀ ਤੇ ਹੁਣ ਹੀ ਕਹਿੰਦਾ ਚੱਲ ਆਪਣੇ ਘੁੰਮਣ ਦਾ ਕਰਕੇ ਆਪਣੇ ਭਾਗਾਂ ਨੂੰ ਹੋ ਗਈ। ਵਧੀਆ ਆ। ਕਾਜ਼ਾ ਰੋਡ ਤੇ ਅਸੀਂ ਚੜ੍ਹਨੀ ਵਾਲੇ ਹਾਂ, ਕਾਫੀ ਉਤਰਾਈ ਅਸੀਂ ਉੱਤਰ ਆਏ ਹਾਂ ਤੇ ਸਾਹਮਣੇ ਸਪਿਤੀ ਦਰਿਆ ਵੀ ਦਿਸਣ ਲੱਗ ਗਿਆ ਆ। ਮੌਸਮ ਜਾਣ ਵੇਲੇ ਤੁਸੀਂ ਦੇਖੇ ਹੋਣਾ ਕਿੰਨੀ ਧੁੱਪ ਸੀ ਤੇ ਹੁਣ ਠੰਡ ਲੱਗ ਰਹੀ ਆ। ਤੇ ਮੈਨੂੰ ਲੱਗਦਾ ਕਾਜ਼ਾ ਤੱਕ ਪੈ ਹੀ ਗਿਆ ਮੀਂਹ, ਕਿਉਂਕਿ ਆਹ ਤੇ ਹੁਣ ਆਹ ਨਿਵਾਣ ਦੇ ਵਿੱਚ ਹੀ ਇੰਨਾ ਮੀਂਹ ਪਿਆ ਹੋਇਆ। ਮਤਲਬ ਇਹਨੂੰ ਦੂਸਰੇ ਛਰਾਟੇ ਵਾਲਾ ਕੰਮ ਨਹੀਂ ਸੀਗਾ, ਇਹ ਨੋਰਮਲ ਜਿਹੀਆਂ ਕਣੀਆਂ ਜਿਹੀਆਂ ਹੀ ਸੀਗੀਆਂ, ਫੁਹਾਰ ਜੀ ਜਿੱਦਾਂ ਹੁੰਦੀ ਆ ਨਾ ਉਸ ਹਿਸਾਬ ਦੀ ਪੈ ਗਈ ਆ ਸਾਰੇ ਪਾਸੇ। ਹੇਠਾਂ ਆ ਕੇ ਸਾਨੂੰ ਲੱਗ ਰਿਹਾ ਕਿ ਅਸੀਂ ਕਿੰਨੀ ਉਚਾਈ ਤੋਂ ਆਏ। ਓ ਪਹਾੜ ਓਏ ਹੋਏ, ਕਿੰਨਾ ਆ ਸਾਰਾ ਪਹਾੜ ਹੀ ਚੜ੍ਹ ਕੇ ਗਏ ਆ। ਇਹਦੇ ਪਰਲੇ ਪਾਸੇ ਸੀ ਪਿੰਡ ਉਹ, ਤੇ ਹੁਣ ਵੇਖੋ ਵੀ ਕਿੱਥੇ ਆ ਗਏ ਥੱਲੇ ਨੂੰ, ਇੱਧਰ ਇੰਨੀ ਉਤਰਾਈ ਅਸੀਂ ਉੱਤਰ ਆਏ ਆ। ਇਹ ਸਾਰਾ ਪਹਾੜ ਚੜ੍ਹੇ ਤੇ ਫਿਰ ਇਹਦੇ ਨਾਲ ਜਿਹੜਾ ਪਹਾੜ ਸੀ ਨਾ ਉਹਦੀ ਉਤਰਾਈ ਦੇ ਵਿੱਚ ਉਹ ਪਿੰਡ ਵਸਿਆ ਹੋਇਆ ਆ। ਐਵੇਂ ਨਹੀਂ 18-20 ਕਿਲੋਮੀਟਰ ਉੱਪਰ ਨੂੰ ਉਹ, ਤਾਂ ਇੱਦਾਂ ਘੁੰਮਦਾ ਘੁੰਮਦਾ ਗਿਆ। ਸਹੀ ਗੱਲ ਹੈ। ਆ ਦੇਖੋ ਹੁਣ ਤਾਂ ਆਪਾਂ ਲਗਭਗ ਉੱਤਰ ਹੀ ਆਏ ਆ, ਚੜ੍ਹ ਚੱਲੇ ਆਪਾਂ ਬਸ ਕਾਜ਼ਾ ਵਾਲੀ ਤੇ। ਚੜ੍ਹਨ ਵੇਲੇ ਵੈਸੇ ਵੱਧ ਟਾਈਮ ਲੱਗਦਾ ਨਾ, ਉਤਰਨ ਵੇਲੇ ਘੱਟ ਲੱਗਦਾ ਆ। ਆ ਉਤਰਨ ਵੇਲੇ ਥੋੜੀ ਸਪੀਡ ਜੀ ਉਸ ਹਿਸਾਬ ਨਾਲ ਬਣੀ ਹੁੰਦੀ ਹੈ, ਉਤਰ ਹੀ ਆਉਂਦਾ ਬੰਦਾ। ਸੋ ਅੱਗੇ ਬੋਰਡ ਆ ਗਿਆ ਆਪਾਂ ਇਹਨਾਂ ਬੋਰਡ ਤੋਂ ਹੀ। ਚੰਗਾ ਸ਼ਰਾਟਾ ਪੈ ਗਿਆ ਇੱਥੇ। ਇਹ ਵੈਸੇ ਪਹਿਲੇ ਦਿਨ ਆਪਾਂ ਵੇਖ ਰਹੇ ਹਾਂ ਵੀ ਇੰਨੇ ਲੰਬੇ ਏਰੀਏ 'ਚ ਮੀਂਹ ਪਿਆ ਸਪਿਤੀ 'ਚ, ਨਹੀਂ ਤੇ ਜਿੱਦਣ ਦੇ ਮੀਂਹ ਪਹਿਲਾਂ ਵੀ ਵੇਖਿਆ ਮਾੜੇ ਮੋਟੇ, ਪਰ ਉਹ ਥੋੜੇ ਥੋੜੇ ਏਰੀਏ ਦੇ ਵਿੱਚ ਪੈ ਕੇ ਖਤਮ ਹੋ ਜਾਂਦੇ ਰਹੇ, ਇਹਨੇ ਵਾਵਾ ਏਰੀਆ ਕਵਰ ਕੀਤਾ। ਆ ਗਏ ਆਪਾਂ ਕਾਜ਼ਾ ਰੋਡ ਤੇ, ਇੱਧਰ ਸਪਿਤੀ ਦਰਿਆ ਤੇ ਬੱਦਲ ਅਸਮਾਨ, ਦੇਖੋ ਕਿੰਨਾ ਸੋਹਣਾ ਨਜ਼ਾਰਾ ਆ। ਐਨ ਤਿੱਖੀ ਧੁੱਪ ਸੀ ਜਦੋਂ ਅਸੀਂ ਗਏ ਸੀ ਤੇ ਆਉਂਦਿਆਂ ਵੀ ਕਾਜ਼ਾ ਤਿੱਖੀ ਧੁੱਪ ਹੀ ਮਿਲੀ ਆ। ਪਿੱਛੇ ਤੁਸੀਂ ਦੇਖਿਆ ਹੀ ਹੋਣਾ ਕਿ ਕਿੰਨਾ ਮੌਸਮ ਆਹੋ ਬੱਦਲਵਾਈ ਵਾਲਾ ਸੀਗਾ ਪੂਰਾ, ਤੇ ਉਹ ਪਿੰਡ ਤੋਂ ਹੀ ਬੱਦਲ ਸ਼ੁਰੂ ਹੋਏ ਸੀ ਤੇ ਇੱਧਰ ਨੂੰ ਸਾਰੇ ਪੈ ਗਿਆ ਮੀਂਹ, ਤੇ ਇਸ ਵੇਲੇ ਹੁਣ 17 ਡਿਗਰੀ ਟੈਂਪਰੇਚਰ ਆ। ਫਿਰ ਵੀ ਅੱਧਾ ਹੋ ਗਿਆ ਨਾ। ਹਾਂ, ਜੋ 30-31 ਸੀਗਾ ਜਦੋਂ ਤੁਰੇ ਸੀਗੇ, ਆ ਪਿੱਛੇ 16 ਵੀ ਸੀਗਾ ਜਦੋਂ ਆਪਾਂ ਸਾਰੀ ਘਾਟੀ ਉੱਤਰ ਕੇ ਆਏ ਨਾ, ਆ ਹੁਣ 17 ਹੋਇਆ। ਉਦਾਂ ਹਲੇ ਅਗਲੇ ਪਾਸੇ ਹੈਗੇ ਬੱਦਲ, ਬੱਦਲਵਾਈ ਹੈਗੀ ਕਾਫੀ, ਠੰਡਾ ਹੋ ਗਿਆ ਵੈਸੇ। ਹਾਂ, ਕਾਜ਼ਾ ਤੋਂ ਇੱਧਰ ਅੱਗੇ ਨੂੰ ਨਿਕਲ ਗਿਆ ਬੱਦਲ, ਜਿੰਨਾ ਆਪਾਂ ਵਰਨਾ ਸੀ ਵਰ ਕੇ ਨਾ, ਆ ਤੇ ਹੁਣ ਅਗਲੇ ਪਾਸੇ ਇੱਧਰ ਨੇਰ ਜਾ। 3 ਵੈਲੀ ਆ ਉੱਧਰ ਪਰਲੇ ਪਾਸੇ, ਉੱਧਰ ਸ਼ਾਨ ਪੈਂਦਾ ਹੋਊਗਾ ਫਿਰ।
ਉਦਾਂ ਹਵਾਵਾਂ ਠੰਡੀਆਂ ਹੋ ਗਈਆਂ, ਗਰਮੀ ਜੀ ਨਹੀਂ ਤਾਂ ਕਾਜ਼ਾ 'ਚ। ਪਹੁੰਚ ਗਏ ਇੱਧਰ 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 ਆ ਗਏ ਵਾਪਸ ਅਸੀਂ ਹੋਟਲ 'ਚ, ਅਤੇ ਡੈਮੋਲ ਜਾਣ ਦਾ ਸਾਡਾ ਫੈਸਲਾ ਸਹੀ ਸੀ ਕਿਉਂਕਿ ਬਹੁਤ ਵਧੀਆ ਲੱਗਿਆ ਉੱਥੇ ਪਹੁੰਚ ਕੇ। ਸਾਡਾ ਪਲੈਨ ਤਾਂ ਖੈਰ ਅਚਾਨਕ ਬਣਿਆ ਅੱਜ ਉੱਥੇ ਜਾਣ ਦਾ, ਕਿਉਂਕਿ ਵੈਸੇ ਅਸੀਂ ਅੱਜ ਕਾਜ਼ਾ ਤੋਂ ਚੱਲ ਜਾਣਾ ਸੀਗਾ, ਪਰ ਜਿਵੇਂ ਤੁਹਾਨੂੰ ਦੱਸਿਆ ਵੀ ਹੋਟਲ ਵਾਲਾ ਬਾਈ ਜਿਹੜਾ ਕਰਨ ਹੈ ਉਹਨਾਂ ਨੇ ਦੱਸਿਆ ਵੀ ਜਾ ਕੇ ਆਇਓ ਤੁਹਾਨੂੰ ਚੰਗਾ ਲੱਗੂਗਾ, ਅਤੇ ਸੱਚੀ ਬਹੁਤ ਆਨੰਦ ਆਇਆ। ਅਤੇ ਤੁਹਾਨੂੰ ਵੀ ਰੈਕਮੈਂਡ ਕਰਦੇ ਹਾਂ ਕਿ ਜੇ ਕਦੀ ਸਬੱਬ ਬਣਿਆ ਇੱਧਰ ਆਉਣ ਦਾ ਕਾਜ਼ਾ ਆਏ ਹੋਏ ਤਾਂ ਉੱਥੇ ਵੀ ਜ਼ਰੂਰ ਜਾ ਕੇ ਆਇਓ। ਅਤੇ ਠੀਕ ਆ ਜੀ, ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ, ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਬਾਏ ਬਾਏ, ਕੀਪ ਵਾਚਿੰਗ ਵਾਕ ਵਿਦ ਟੁਰਨਾ।